बिस्मिल्लाहिर्रहमानिर्रहीम, अस्सलाम अलैकुम। देखिए हाल चाल है जनाब मेरी यूट्यूब फैमिली का। उम्मीद करनी है कि तुम सब होगे खैरियत दे नाल। ते लो जनाब, अज संडे वे और संडे वाले दिन जरा थोड़ा ग्रोसरी करन दा मूड होया, क्योंकि मेरे किचन दे विच सब्जियां ख़त्म हो चुकियां सन। ते मैं सोचिया भी क्यों ना बाज़ार जावां, जा के ते लेके आवां कोई टिंडे, कोई कद्दू, कोई गोभी, कोई बैंगन, कोई भिंडियां, कोई थूम, कोई अदरक। ਅਤੇ ਫੌਰੀ ਜਨਾਬ ਅਸੀਂ ਫਿਰ ਪਾਰਫੀਕ ਨਾਲ ਕੀਤਾ ਰਾਬਤਾ। ਪਾਰਫੀਕ ਦੇ ਨਾਲ ਗਈ ਮੈਂ ਬਾਜ਼ਾਰ, ਬਾਜ਼ਾਰੋਂ ਜਾ ਕੇ ਲੈ ਕੇ ਆਈ ਮੈਂ ਸਬਜ਼ੀ। ਅਤੇ ਜਨਾਬ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣਗੀਆਂ। ਅਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਆਪਣੀ ਯੂਟਿਊਬ ਫੈਮਿਲੀ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕਰਾਂ, ਜਿਹੜੀਆਂ ਗੱਲਾਂ ਰਹਿ ਜਾਣਗੀਆਂ ਉਹ ਅਗਰ ਜ਼ਿੰਦਗੀ ਰਹੀ ਤਾਂ ਤੁਸੀਂ ਕੱਲ੍ਹ ਮੇਰੀਆਂ ਸੁਣੋਗੇ। ਸਭ ਨਾਲ ਪਹਿਲਾਂ ਤਾਂ ਇਹ ਕਿ ਇਸ ਯੂਟਿਊਬ ਤੋਂ ਮੈਨੂੰ ਬਹੁਤ ਸਾਰੇ ਰਿਸ਼ਤੇ ਵੀ ਮਿਲੇ, ਮੈਨੂੰ ਬਹੁਤ ਸਾਰੀਆਂ ਖੁਸ਼ੀਆਂ ਵੀ ਮਿਲੀਆਂ, ਮੈਨੂੰ ਬਹੁਤ ਸਾਰਾ ਰੋਣਾ ਵੀ ਮਿਲਿਆ। ਮੈਨੂੰ ਕੁਝ ਇਹੋ ਜਿਹੇ ਲੋਕ ਵੀ ਮਿਲੇ ਜਿਨ੍ਹਾਂ ਨੇ ਮੈਨੂੰ ਹਰ ਵਕਤ ਤਨਕੀਦ ਦਾ ਨਿਸ਼ਾਨਾ ਬਣਾਇਆ, ਤਨਕੀਦ ਦਾ ਨਿਸ਼ਾਨਾ ਵੀ ਬਣਾਇਆ ਔਰ ਮੇਰੇ ਮਜ਼ਾਕ ਵੀ ਬਣਾਏ। ਬਹਰਹਾਲ ਈਦ ਮਿਲਾਦੁਨ ਨਬੀ ਦਾ ਮਹੀਨਾ ਹੈ, ਮੈਂ ਸਦਕਾ ਹੈ ਪੰਜ ਤਨ ਪਾਕ ਦੇ ਉਹਨਾਂ ਲੋਕਾਂ ਨੂੰ ਮਾਫ਼ ਕੀਤਾ ਔਰ ਉਮੀਦ ਵੀ ਕਰਨੀ ਆ ਕਿ ਉਹ ਮਜ਼ੀਦ ਮੇਰੇ 'ਤੇ ਵੀਡੀਓਜ਼ ਬਣਾਉਣਗੇ, ਠੀਕ ਹੈ ਜੀ। ਕਿਉਂਕਿ ਚੋਰ ਕਹਿੰਦੇ ਨੇ ਚੋਰੀ ਤੂੰ ਜਾਂਦਾ, ਹੇਰਾ ਫੇਰੀ ਤੂੰ ਨਹੀਂ ਜਾਂਦਾ। ਅਤੇ ਗੱਲ ਬਿਲਕੁਲ ਦਰੁਸਤ ਕਹੀ ਗਈ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਤੋਂ ਐਕਸੈਪਟੇਸ਼ਨ ਰੱਖਦੇ ਹਾਂ ਨਾ, ਉਹ ਤੁਹਾਨੂੰ ਦੁੱਖ ਵੀ ਦਿੰਦੇ ਨੇ, ਤਕਲੀਫ ਵੀ ਦਿੰਦੇ ਨੇ। ਹੁਣ ਦੇਖੋ ਨਾ, ਇੱਕ ਚੈਨਲ ਬਣਾਇਆ ਮੈਂ ਬੜੀ ਮਿਹਨਤ ਦੇ ਨਾਲ, ਮੇਰੇ ਪਿਆਰਿਆਂ ਨੇ ਮੈਨੂੰ ਬਣਾ ਕੇ ਦਿੱਤਾ, ਮੇਰੀ ਤਕਲੀਫ ਨੂੰ ਦੇਖਦਿਆਂ ਹੋਇਆਂ, ਮੇਰੇ ਇਕੱਲੇਪਨ ਨੂੰ ਦੇਖਦਿਆਂ ਹੋਇਆਂ ਕਿ ਚੱਲ ਇਸ ਚੈਨਲ 'ਤੇ ਆਪਣਾ ਤੂੰ ਕੰਮ ਕਰ, ਤੇਰੀ ਕੁਕਿੰਗ ਬੜੀ ਅੱਛੀ ਹੈ ਔਰ ਲੋਕ ਜਿਹੜੇ ਨੇ ਉਹ ਤੇਰੀ ਰੈਸਪੀਜ਼ ਨੂੰ ਟਰਾਈ ਕਰਨਗੇ ਔਰ ਜਿਹੜਾ ਬਿਨਾ ਤੇਰਾ ਇੱਕ ਸਿਲਸਿਲਾ ਵੀ ਚੱਲ ਪਵੇਗਾ। ਅਤੇ ਮੈਂ ਵੀ ਜਨਾਬ ਬਿਸਮਿਲ੍ਲਾ ਪੜ੍ਹੀ ਅਤੇ ਆਪਣੇ ਨਾਨਕੇ ਘਰੋਂ ਇਸ ਚੈਨਲ ਦਾ ਆਗਾਜ਼ ਕੀਤਾ। ਮੈਨੂੰ ਨਹੀਂ ਸੀ ਪਤਾ ਕਿ ਯੂਟਿਊਬ ਜਿੱਥੇ ਖੁਸ਼ੀਆਂ ਵੰਡਦਾ ਹੈ ਉੱਥੇ ਯੂਟਿਊਬ 'ਤੇ ਕੁਛ ਇਹੋ ਜਿਹੇ ਲੋਕ ਵੀ ਨੇ ਜਿਹੜੇ ਤੁਹਾਡੇ ਦੁੱਖ, ਤੁਹਾਡੀ ਤਕਲੀਫ ਨੂੰ ਜਾਣਦਿਆਂ ਹੋਇਆਂ ਤੁਹਾਨੂੰ ਤਕਲੀਫ ਪਹੁੰਚਾਉਣਾ ਜਿਹੜਾ ਵੇ ਆਪਣਾ ਫਰਜ਼ ਸਮਝਦੇ ਨੇ। ਖੈਰ ਜੀ, ਮੈਂ ਵੀ ਲੋਕਾਂ ਦੀ ਤਨਕੀਦ ਦਾ ਬਣੀ ਨਿਸ਼ਾਨਾ। ਨਿਸ਼ਾਨਾ ਕਿਉਂ ਬਣੀ ਅਤੇ ਕਿੱਥੋਂ ਬਣੀ ਨਿਸ਼ਾਨਾ? ਮੈਂ ਉੱਧਰੋਂ ਬਣੀ ਕਿ ਪਲਵਸ਼ਾ ਨਾਲ ਮੇਰਾ ਰਿਸ਼ਤਾ ਜਿਹੜਾ ਵੇ ਉਹ ਮਾਮੇ ਪੁੱਫੀ ਵਾਲਾ ਵੇ। ਇਹ ਰਿਸ਼ਤੇ ਜਿਹੜੇ ਨੇ ਨਾ, ਇਹ ਬੜੇ ਪਿਆਰੇ ਹੁੰਦੇ ਨੇ। ਜਿਨ੍ਹਾਂ ਕੋਲ ਰਿਸ਼ਤੇ ਨਹੀਂ ਹੁੰਦੇ ਕਦੀ ਉਹਨਾਂ ਨੂੰ ਪੁੱਛ ਕੇ ਵੇਖੋ। ਹਾਂ, ਆਪਸ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਤੋਂ ਇਸ਼ਤਰਾਫਾਤ ਹੋ ਜਾਂਦੇ ਨੇ, ਨਾਰਾਜ਼ਗੀਆਂ ਹੋ ਜਾਂਦੀਆਂ ਨੇ, ਪਰ ਕਦੀ ਨਵਾਂ ਤੋਂ ਮਾਸ ਜੁਦਾ ਨਹੀਂ ਹੁੰਦਾ। ਕੁਝ ਪਿਆਰੇ, ਕੁਝ ਆਪਣੇ ਇਹੋ ਜਿਹੇ ਵੀ ਹੁੰਦੇ ਨੇ ਕਿ ਜਿਹੜੇ ਬੇਸ਼ੱਕ ਤੁਹਾਡੇ ਤੋਂ ਦੂਰ ਰਹਿਣ ਮਗਰ ਤੁਹਾਡੇ ਵਾਸਤੇ ਫਿਕਰਮੰਦ ਰਹਿੰਦੇ ਨੇ। ਮੈਂ ਚੈਨਲ ਬਣਾਇਆ ਬੜੀ ਮਿਹਨਤ ਦੇ ਨਾਲ ਔਰ ਬਹੁਤ ਸਾਰੇ ਰਿਸ਼ਤੇ ਮੈਨੂੰ ਇੱਥੋਂ ਮਿਲੇ ਜਿਹਦੇ ਵਿੱਚ ਮੈਨੂੰ ਭੈਣਾਂ ਮਿਲੀਆਂ। ਭੈਣਾਂ ਕੀ ਹੁੰਦਾ? ਸਹੇਲੀਆਂ ਹੁੰਦੀਆਂ ਨੇ, ਇੱਕ ਦੂਜੇ ਦੇ ਦੁੱਖ ਦਰਦ ਦੀ ਸਾਥੀ ਹੁੰਦੀਆਂ ਨੇ। ਇਸ ਯੂਟਿਊਬ 'ਤੇ ਮੈਨੂੰ ਜਿਹੜਾ ਵੇ ਭਰਾ ਵੀ ਮਿਲੇ। ਭਰਾ ਕੌਣ ਹੁੰਦੇ ਨੇ? ਭੈਣਾਂ ਦੇ ਸਿਰਾਂ ਦੇ ਰਖਵਾਲੇ ਹੁੰਦੇ ਨੇ। ਇਸ ਯੂਟਿਊਬ 'ਤੇ ਮੈਨੂੰ ਆਪਣੀ ਮਾਂ ਵਰਗੀ
ਬਹੁਤ ਸਾਰੀਆਂ ਮਾਵਾਂ ਵੀ ਮਿਲੀਆਂ ਜਿਨ੍ਹਾਂ ਨੇ ਮੇਰੇ ਹਰ ਦੁੱਖ ਦਰਦ ਵਿੱਚ ਮੈਨੂੰ ਦੁਆ ਦਿੱਤੀ, ਮੇਰੀ ਤਕਲੀਫ ਵਿੱਚ ਮੇਰੀ ਮਾਂ ਵਰਗਾ ਅਹਿਸਾਸ ਕੀਤਾ, ਉਹਨਾਂ ਸਭ ਦੀ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ। ਗੱਲ ਹੋਈ ਪਲਵਸ਼ਾ ਤੋਂ ਸਟਾਰਟ, ਪਲਵਸ਼ਾ 'ਤੇ ਰਿਐਕਸ਼ਨ ਚੈਨਲਸ ਵਾਲਿਆਂ ਨੇ ਬਹੁਤ ਸਾਰੇ ਰਿਐਕਸ਼ਨ ਦਿੱਤੇ ਔਰ ਪਲਵਸ਼ਾ ਦੀ ਮੁਹੱਬਤ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਚੈਨਲ ਵੀ ਬਣਾਏ। ਉਹਨਾਂ ਚੈਨਲਾਂ 'ਤੇ ਮੈਂ ਜੋ ਦੇਖਿਆ ਮੈਂ ਅੱਜ ਉਹਦੇ 'ਤੇ ਵੀ ਡਿਸਕਸ ਕਰਾਂਗੀ ਔਰ ਜੋ ਮੈਂ ਦੂਸਰੇ ਚੈਨਲਸ 'ਤੇ ਦੇਖਿਆ ਮੈਂ ਉਹਦੇ 'ਤੇ ਵੀ ਬਿਆਨ ਕਰਾਂਗੀ। ਉਹਨਾਂ ਦਾ ਚੈਨਲ ਸੀ ਰਿਐਕਸ਼ਨ ਵਾਲਾ, ਉਹਨਾਂ ਨੇ ਰਿਐਕਸ਼ਨ ਦੇਣਾ ਸੀ ਕੰਟੈਂਟ 'ਤੇ, ਮਗਰ ਉਹ ਤਾਂ ਰਿਐਕਸ਼ਨ ਦਿੰਦੇ ਰਹੇ ਲੋਕਾਂ ਦੇ ਕਮੈਂਟਸ 'ਤੇ। ਲੋਕਾਂ ਨੇ ਸੱਚ ਕਿਹਾ, ਝੂਠ ਕਿਹਾ, ਮੁਖਾਲਫੀਨ ਵੀ ਹੁੰਦੇ ਨੇ, ਜੈਲਸਪਨ ਵੀ ਹੁੰਦਾ ਵੇ, ਹਸਦ ਕਰਨ ਵਾਲੇ ਲੋਕ ਵੀ ਹੁੰਦੇ ਨੇ। ਆਖਿਰਕਾਰ ਅਸੀਂ ਇਸ ਚੈਨਲਾਂ ਤੋਂ ਕੀ ਸਿੱਖ ਰਹੇ ਹਾਂ, ਮੇਰਾ ਮਤਲਬ ਹੈ ਕਿ ਯੂਟਿਊਬ ਦੇ ਚੈਨਲਸ ਤੋਂ ਅਸੀਂ ਕੀ ਸਿੱਖ ਰਹੇ ਹਾਂ? ਕਿਆ ਅਸੀਂ ਕੋਈ ਇਹੋ ਜਿਹੀ ਚੀਜ਼ ਛੋੜ ਕੇ ਜਾ ਰਹੇ ਹਾਂ ਕਿ ਆਉਣ ਵਾਲੀਆਂ ਨਸਲਾਂ ਸਾਨੂੰ ਦੇਖਣ ਔਰ ਸਾਨੂੰ ਅੱਛੇ ਲਫਜ਼ਾਂ ਦੇ ਵਿੱਚ ਯਾਦ ਕਰਨ? ਇਹੋ ਗੱਲ ਆ ਜਾਂਦੀ ਹੈ ਕਿ ਜਿਹੜੇ ਪਲਵਸ਼ਾ ਦੇ ਚਾਹਣ ਵਾਲੇ ਨੇ ਉਹ ਉਹਦੇ ਹੱਕ 'ਚ ਬੋਲਦੇ ਨੇ, ਜਦਕਿ ਦੂਸਰੀ ਪਾਰਟੀ ਕਹਿੰਦੀ ਹੈ ਕਿ ਪਲਵਸ਼ਾ ਉਹਨਾਂ ਕੋਲੋਂ ਖੁਦ ਕਮੈਂਟਸ ਕਰਵਾਉਂਦੀ ਹੈ, ਉਹਨਾਂ ਕੋਲੋਂ ਖੁਦ ਜਿਹੜਾ ਵੇ ਵੀਡੀਓਜ਼ ਬਣਵਾਉਂਦੀ ਹੈ। ਦਰ ਹਕੀਕਤ ਕਿ ਐਸਾ ਕੁਝ ਵੀ ਨਹੀਂ ਹੈ। ਠੀਕ ਹੈ ਜੀ, ਇਹਨਾਂ ਗੱਲਾਂ 'ਤੇ ਅਗਰ ਗੌਰ ਕਰੋ ਤਾਂ ਕਿਹਦੇ ਕੋਲ ਇੰਨਾ ਟਾਈਮ ਹੈ ਜੀ ਲੋਕਾਂ ਨੂੰ ਚੁੱਕ ਚੁੱਕ ਕੇ ਕਹੋ ਕਿ ਤੂੰ ਗੱਲ ਕਰ, ਤੂੰ ਗੱਲ ਕਰ, ਤੂੰ ਗੱਲ ਕਰ, ਔਰ ਇੰਨੇ ਵਸੋਕ ਨਾਲ ਕਹਿਣਾ ਕਿ ਇਹ ਪਲਵਸ਼ਾ ਦੀ ਫਲਾਣੀ ਭੈਣ ਕਮੈਂਟ ਕਰ ਰਹੀ ਹੈ, ਇਹ ਪਲਵਸ਼ਾ ਦੀ ਫਲਾਣੀ ਭੈਣ ਇਸ ਤਰ੍ਹਾਂ ਕਰ ਰਹੀ ਹੈ? ਆਖਿਰਕਾਰ ਸਾਡੇ ਕੋਲ ਪਰੂਫ ਕੀ ਹੈ? ਅਤੇ ਇੱਥੇ ਦੇਖਦੇ ਚਲੋ ਸੁਣਿਓ ਸੱਜਣੋ, ਅੱਜ ਦਾ ਮੇਰਾ ਬ੍ਰੇਕਫਾਸਟ ਵੀ ਸ਼ੂਗਰ ਨੂੰ ਕੀਤਾ ਇੱਕ ਪਾਸੇ, ਅਤੇ ਮੈਂ ਸੋਚਿਆ ਕਿਉਂ ਨਾ ਅੱਜ ਆਪਣੇ ਵਾਸਤੇ ਮਜ਼ੇਦਾਰ ਜਿਹਾ ਬ੍ਰੇਕਫਾਸਟ ਜਿਹੜਾ ਵੇ ਮੈਂ ਉਹ ਰੈਡੀ ਕਰਾਂ, ਕਿਉਂਕਿ ਮੇਰੀ ਬ੍ਰੈਡ ਖਤਮ ਹੋ ਚੁੱਕੀ ਸੀ, ਸਿਦਰਾ ਦੀ ਬ੍ਰੈਡ ਪਈ ਸੀ। ਲਿਹਾਜ਼ਾ ਜਨਾਬ ਅੱਜ ਮੈਂ ਸਿਦਰਾ ਦੀ ਬ੍ਰੈਡ ਸ਼ੇਅਰ ਕਰ ਰਹੀ ਹਾਂ ਔਰ ਸਿਦਰਾ 'ਤੇ ਮੈਂ ਕਰਾਂਗੀ ਮਜ਼ੇਦਾਰ ਜਿਹਾ ਨਾਸ਼ਤਾ ਔਰ ਤੁਸੀਂ ਸਭ ਵੀ ਕਰੋਗੇ ਮੇਰੇ ਨਾਸ਼ਤੇ ਨੂੰ ਇੰਜੋਏ। ਅੱਛਾ ਜੀ, ਤਾਂ ਗੱਲ ਹੋ ਰਹੀ ਸੀ ਕਿ ਲੋਕਾਂ ਨੇ ਉਹਨੂੰ ਗਲਤ ਸਾਈਡ 'ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਮੈਂ ਵੀ ਹਾਸੇ ਮਜ਼ਾਕ ਦੇ ਵਿੱਚ ਵੀ, ਗੁੱਸੇ 'ਚ ਵੀ, ਡਾਂਟ ਕੇ ਵੀ ਸਮਝਾਇਆ, ਮਗਰ ਮੇਰਾ ਵੀ ਇਸ ਕਦਰ ਮਜ਼ਾਕ ਉਡਾਇਆ ਗਿਆ ਕਿ ਮੈਂ ਬਿਆਨ ਨਹੀਂ ਕਰ ਸਕਦੀ। ਹਜੇ ਕੁਛ ਦਿਨ ਪਹਿਲਾਂ ਕਿਹਾ ਗਿਆ ਕਿ ਹਿਨਾ ਨੇ ਜਿਹੜਾ ਵੀ ਸਾਨੂੰ ਖੁਸ਼ ਕਰ ਦਿੱਤਾ, ਹਿਨਾ ਉਹਦੇ ਕੋਲ ਨਹੀਂ ਗਈ ਹੈ ਔਰ ਹਿਨਾ ਦੀਆਂ ਭੈਣਾਂ ਜਿਹੜੀਆਂ ਨੇ ਉਹ ਇਹਨੂੰ ਮੂੰਹ ਨਹੀਂ ਲਾਉਂਦੀਆਂ, ਫਲਾਣ ਨਹੀਂ ਕਰਦੀਆਂ। ਦੇਖੋ ਮੇਰੀ ਗੱਲ ਸੁਣੋ, ਅਸੀਂ ਆਪਸ 'ਚ ਕੌਣ ਹੈਗੇ ਹਾਂ? ਸਾਡੇ ਖੂਨ ਦੇ ਰਿਸ਼ਤੇ ਨੇ। ਤੁਸੀਂ ਕਿੰਝ ਕਹਿ ਸਕਦੇ ਹੋ ਕਿ ਫਲਾਣਾ ਮੂੰਹ ਨਹੀਂ ਲਾਉਂਦਾ ਅਤੇ ਫਲਾਣਾ ਨਹੀਂ ਲਾਉਂਦਾ? ਸਾਡੇ ਵਟਸਐਪ ਗਰੁੱਪਸ ਬਣੇ ਹੋਏ ਨੇ, ਅਸੀਂ ਇੱਕ ਦੂਜੇ ਦੇ ਨਾਲ ਅਟੈਚ ਰਹਿੰਦੇ ਹਾਂ। ਔਰ ਬਾਕੀ ਮੈਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਤਿੰਨ ਲੋਕਾਂ ਦਾ ਇੰਤਜ਼ਾਰ ਹੈ ਔਰ ਉਹ ਮੇਰੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਰਹੇਗਾ। ਮੇਰਾ ਭਰਾ ਵੇ, ਮੇਰੀ ਖਾਲਾਜ਼ਾਦ ਭੈਣ ਨੇ ਇੰਗਲੈਂਡ ਦੇ ਵਿੱਚ, ਜੋ ਕਿ ਉਹਨਾਂ ਦਾ ਤਾਂ ਮੇਰਾ ਪਿਆਰ ਬਚਪਨ ਤੂੰ ਬੜਾ ਜਿਹੜਾ ਨਾ ਉਹ ਬਾਜੀ ਨਾਲ ਮਸ਼ਹੂਰ ਹੈ ਕਿ ਜਦੋਂ ਉਹ ਪਾਕਿਸਤਾਨ ਆਉਂਦੇ ਸਨ ਅਤੇ ਵਾਪਸ ਜਾਣ ਲੱਗਦੇ ਸਨ ਅਤੇ ਏਅਰਪੋਰਟ 'ਤੇ ਮੇਰੇ ਆਂਸੂ ਕੀ ਬਲਕਿ ਮੇਰੀ ਰੋਣਿਆਂ ਦੀਆਂ ਆਵਾਜ਼ਾਂ ਲੋਕ ਵੀ ਸੁਣ ਰਹੇ ਹੁੰਦੇ ਸਨ। ਕੋਈ ਇੱਕ ਐਸਾ ਹੁੰਦਾ ਨਾ ਜਿਹਦੇ ਨਾਲ ਤੁਹਾਨੂੰ ਬੜੀ ਮੁਹੱਬਤ ਹੁੰਦੀ ਹੈ, ਜਿਹਦੇ ਨਾਲ ਵੱਡੀ ਭੈਣ ਵਾਲੀ ਮੁਹੱਬਤ ਜਾਂ ਮਾਂ ਵਰਗਾ ਪਿਆਰ ਜਿੱਥੋਂ ਮਿਲਦਾ ਆਵੇ, ਔਰ ਉਹ ਅੱਜ ਵੀ ਇਸੇ ਤਰ੍ਹਾਂ ਹੀ ਹੈ। ਅਤੇ ਨੰਬਰ 3 'ਤੇ ਬਾਜੀ ਸ਼ਾਜ਼ੀਆ, ਸ਼ਾਜ਼ੀਆ ਬਾਜੀ ਔਰ ਮੇਰੀ ਖਾਲਾਜ਼ਾਦ ਭੈਣ ਔਰ ਮੇਰਾ ਭਰਾ
ਮੇਰੇ ਹਮੇਸ਼ਾ ਇਹੋ ਇੱਕ ਦੁਆਬ ਹੈ ਕਿ ਜਦੋਂ ਮੇਰਾ ਆਖਰੀ ਵਕਤ ਹੋਏ ਨਾ, ਇਹ ਤਿੰਨੋਂ ਲੋਕ ਮੇਰੇ ਕੋਲ ਜ਼ਰੂਰ ਹੋਣ। ਇਸ ਵਾਸਤੇ ਮੈਨੂੰ ਇਹਨਾਂ ਤੋਂ ਇਲਾਵਾ ਬੀਬੀ ਕਿਸੇ ਦਾ ਵੀ ਨਹੀਂ ਇੰਤਜ਼ਾਰ। ਬੜੇ ਪਿਆਰ ਕਰਨ ਵਾਲੇ ਰਿਸ਼ਤੇ ਨੇ, ਸਭ ਬੜੇ ਪਿਆਰ ਕਰਦੇ ਨੇ, ਮਗਰ ਦਿਲ ਜਿਹੜਾ ਵੇ ਨਾ, ਉਹ ਮੇਰਾ ਇਹਨਾਂ ਵੱਲ ਹੀ ਜਾਂਦਾ ਵੇ ਕਿ ਮੇਰੇ ਇਹ ਤਿੰਨ ਰਿਸ਼ਤੇ ਮੇਰੇ ਕੋਲ ਹੋਣ। ਲਿਹਾਜ਼ਾ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜੋ ਮਰਜ਼ੀ ਕਰਦੀਆਂ ਰਹੋ, ਮਗਰ ਇੱਕ ਗੱਲ ਜ਼ਰੂਰ ਕਰਾਂਗੀ ਕਿ ਬਹੁਤ ਤਮਾਸ਼ਾ ਲੱਗ ਗਿਆ, ਤੁਸੀਂ ਬੜਾ ਉਹਨਾਂ ਨੂੰ ਪਰੇਸ਼ਾਨ ਕਰ ਲਿਆ, ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਸੱਚ ਸਮਝ ਕੇ ਤੁਸੀਂ ਉਹਨਾਂ ਕਮੈਂਟਸ 'ਤੇ ਕੰਟੈਂਟ ਬਣਾਇਆ, ਔਰ ਉਹ ਜਿਹੜੇ ਸ਼ੈਤਾਨ ਪ੍ਰਸਤ ਲੋਕ ਨੇ ਜਿਹੜੇ ਇਹੋ ਜਿਹੇ ਫਜ਼ੂਲ ਕਮੈਂਟਸ ਉਹਨਾਂ 'ਤੇ ਆ ਕੇ ਕਰਦੇ ਨੇ ਔਰ ਤੁਸੀਂ ਕੰਟੈਂਟ ਬਣਾਉਂਦੇ ਹੋ, ਔਰ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਜੋ ਬੋਲ ਰਹੇ ਹਾਂ ਬਿਲਕੁਲ ਠੀਕ ਬੋਲ ਰਹੇ ਹਾਂ, ਜਬਕਿ ਦਰ ਹਕੀਕਤ ਐਸਾ ਕੁਛ ਵੀ ਨਹੀਂ ਹੈ। ਤੁਸੀਂ ਕੀ ਅੱਖਾਂ ਨਾਲ ਵੇਖਿਆ, ਤੁਸੀਂ ਕੀ ਕੰਨਾਂ ਨਾਲ ਸੁਣਿਆ? ਅੱਲਾਹ ਤਾਂ ਇਹੋ ਹੀ ਕਹਿੰਦਾ ਨਾ ਕਿ ਆਪਣੀਆਂ ਅੱਖਾਂ ਨਾਲ ਦੇਖੋ, ਆਪਣੇ ਕੰਨਾਂ ਨਾਲ ਸੁਣੋ ਅਤੇ ਉਸ ਗੱਲ 'ਤੇ ਤੁਸੀਂ ਯਕੀਨ ਕਰੋ। ਇਹ ਤਾਂ ਉਹੀ ਗੱਲ ਹੈ ਨਾ, ਵਸਵਸੇ ਡਾਲਨੇ ਵਾਲੀਆਂ, ਇਹ ਤਾਂ ਕੁਰਾਨ ਪਾਕ 'ਚ ਜ਼ਿਕਰ ਹੈ ਨਾ, ਇੱਕ ਸੂਰਤ ਦੇ ਤਰਜਮੇ 'ਚ ਹੀ ਆਉਂਦਾ ਨਾ, ਸੂਰਤ ਨਾਸ ਦੇ, ਕਿ ਵਸਵਸੇ ਡਾਲਨੇ ਵਾਲੀਆਂ ਕਿ ਸ਼ਰ ਸੇ। ਅਤੇ ਫਿਰ ਉਹ ਕਮੈਂਟਸ ਆ ਕੇ ਤੁਹਾਡੇ ਦਿਲਾਂ 'ਚ ਲੋਕ ਵਸਵਸੇ ਪਾਉਂਦੇ ਨੇ, ਔਰ ਤੁਸੀਂ ਫਿਰ ਉਹਨਾਂ ਗੱਲਾਂ 'ਤੇ ਪੱਕੇ ਹੋ ਜਾਂਦੇ ਹੋ ਕਿ ਇਹ ਜੋ ਕਹਿ ਰਹੇ ਨੇ ਬਿਲਕੁਲ ਠੀਕ ਰਹੇ ਕਹਿ ਰਹੇ ਨੇ। ਬਲਕਿ ਮੈਂ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਮੈਂ ਆਪਣੀ ਉਹਨਾਂ ਭੈਣਾਂ ਨੂੰ ਜੋ ਪਲਵਸ਼ਾ ਦੇ ਹੱਕ 'ਚ ਵੀਡੀਓਜ਼ ਬਣਾਉਂਦੀਆਂ ਨੇ, ਉਹਨਾਂ ਨੂੰ ਉਹਦੇ ਨਾਲ ਮੁਹੱਬਤ ਹੈ, ਉਹਦੇ ਨਾਲ ਪਿਆਰ ਹੈ, ਉਹ ਵੀ ਇਹ ਦੇਖ ਕੇ ਪਰੇਸ਼ਾਨ ਹੁੰਦੀਆਂ ਨੇ ਕਿ ਆਖਿਰਕਾਰ ਇੱਕ ਔਰਤ ਦੀ ਇੱਜ਼ਤ ਨੂੰ ਕਿਸ ਤਰ੍ਹਾਂ ਜਿਹੜਾ ਵੇ ਉਹ ਬਦਨਾਮ ਕੀਤਾ ਜਾ ਰਿਹਾ ਵੇ, ਉਹਦੀ ਇੱਜ਼ਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਕਦੀ ਉਹਦੀ ਫੈਮਿਲੀ 'ਤੇ ਗੱਲਾਂ, ਸਸੁਰਾਲ 'ਤੇ ਗੱਲਾਂ, ਹਸਬੈਂਡ 'ਤੇ ਗੱਲਾਂ, ਬੇਟੀ 'ਤੇ ਗੱਲਾਂ। ਕਿਆ ਇਹ ਗੱਲਾਂ ਸਾਨੂੰ ਕਰਨੀਆਂ ਜਾਇਜ਼ ਨੇ? ਕਿਆ ਅਸੀਂ ਇਹਨਾਂ ਰਿਸ਼ਤਿਆਂ ਦੇ ਵਿੱਚ ਮੁਨਸਲਿਕ ਨਹੀਂ ਹੈਗੇ? ਕਿਆ ਅਸੀਂ ਬੇਟੀਆਂ ਵਾਲੇ, ਭੈਣਾਂ ਵਾਲੇ, ਭਰਾਵਾਂ ਵਾਲੇ, ਪਿਓ ਵਾਲੇ ਨਹੀਂ ਹੈਗੇ? ਕਿਆ ਸਾਡੀਆਂ ਮਾਵਾਂ ਨਹੀਂ ਨੇ? ਬਿਲਕੁਲ ਹੈ ਨੇ, ਅਤੇ ਦੂਜੇ ਦੀ ਵੀ ਮਾਂ, ਭੈਣ, ਭਰਾ ਨੂੰ ਆਪਣਾ ਸਮਝੋ। ਅਤੇ ਮੈਂ ਆਪਣੀਆਂ ਉਹਨਾਂ ਭੈਣਾਂ ਨੂੰ ਇਹ ਕਹਾਂਗੀ ਕਿ ਪਲੀਜ਼ 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 ਹੁਣ ਅਸੀਂ ਕਿਸੇ 'ਤੇ ਵੀਡੀਓ ਨਹੀਂ ਬਣਾਵਾਂਗੇ, ਇਸ ਵਾਸਤੇ ਕਿ ਸਾਡੀ ਵੀਡੀਓ ਬਣਾਉਣ ਦੀ ਵਜ੍ਹਾ ਤੋਂ ਪਲਵਸ਼ਾ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਵੇ। ਤੁਸੀਂ ਦੇਖੋ ਕਿ ਉਹ ਕਿੰਨੀ ਪਰੇਸ਼ਾਨ ਹੈ, ਮੈਂ ਫੈਮਿਲੀ ਮੈਂਬਰ ਹਾਂ ਨਾ, ਮੈਂ ਜਾਣਦੀ ਹਾਂ। ਅਤੇ ਲਿਹਾਜ਼ਾ ਉਹਨੇ ਆਪਣੀ ਇੱਕ ਵੀਡੀਓ 'ਚ ਵੀ ਕਿਹਾ ਸੀ ਕਿ ਮੇਰੀਆਂ ਜਿਹੜੀਆਂ ਭੈਣਾਂ ਮੇਰੇ ਹੱਕ ਵਾਸਤੇ ਆਵਾਜ਼ ਉਠਾਉਂਦੀਆਂ ਨੇ, ਪਲੀਜ਼ ਉਹ ਅੱਛਾ ਕੰਟੈਂਟ ਲੈ ਕੇ ਆਉਣ ਅਤੇ ਮੈਂ ਉਹਨਾਂ ਨੂੰ ਸ਼ਾਊਟ ਆਊਟ ਦਿਆਂਗੀ। ਉਹਦੀ ਇਸ ਗੱਲ ਨੂੰ ਵੀ ਕਿਸੇ ਹੋਰ ਰੰਗ ਦੇ ਵਿੱਚ ਪੇਸ਼ ਕੀਤਾ ਗਿਆ, ਕਿਸੇ ਹੋਰ ਰੰਗ 'ਚ ਸਮਝਿਆ ਗਿਆ, ਜਦਕਿ ਉਹਦੇ ਕਹਿਣ ਦਾ ਮਕਸਦ ਇਹ ਸੀ ਕਿ ਪਲੀਜ਼ ਇਹਨਾਂ ਕੰਟੈਂਟ ਤੋਂ, ਮੇਰੇ ਕੰਟੈਂਟ ਤੋਂ ਹਟ ਜਾਓ, ਕਿ ਹੋਰ ਚੰਗੇ ਚੰਗੇ ਕੰਟੈਂਟ ਲੈ ਕੇ ਆਓ। ਤਕਲੀਫ ਹੁੰਦੀ ਹੈ, ਦੇਖੋ ਤੁਹਾਨੂੰ ਅਗਰ ਗੁੱਸਾ ਆਉਂਦਾ ਹੈ ਨਾ, ਤੁਸੀਂ ਉਹਦੇ ਵਾਸਤੇ ਵੀਡੀਓ ਬਣਾਉਂਦੀਆਂ ਹੋ, ਮੈਨੂੰ ਗੁੱਸਾ ਆਉਂਦਾ, ਮੈਂ ਉਹਦੇ ਵਾਸਤੇ ਆਵਾਜ਼ ਉਠਾਉਂਦੀ ਹਾਂ, ਉਹਨੂੰ ਕਿੰਨਾ ਕੁ ਗੁੱਸਾ ਆਉਂਦਾ ਹੋਵੇਗਾ ਜਿਹਦੇ ਨਾਮ ਦੇ ਨਾਲ ਇੰਨੇ ਅਜੀਬੋ ਗਰੀਬ ਕੰਟੈਂਟ ਬਣਾਏ ਜਾਂਦੇ ਨੇ। ਬੇਸ਼ੱਕ ਕਿ ਉਸ ਕਹਾਣੀ ਦੇ ਵਿੱਚ ਕੁਛ ਵੀ ਨਹੀਂ ਹੁੰਦਾ, ਮਗਰ ਜਿਹੜਾ ਉਹ ਕੰਟੈਂਟ ਹੁੰਦਾ ਵੇ, ਉਸ ਕੰਟੈਂਟ ਨੂੰ ਦੇਖ ਕੇ ਹੀ ਇਨਸਾਨ ਜਿਹੜਾ ਵੇ ਨਾ, ਮੇਰੇ ਵਰਗੇ ਦਾ ਤਾਂ ਬੀ ਪੀ ਜਿਹੜਾ ਵੇ ਉਹ ਹਾਈ ਹੋ ਜਾਂਦਾ। ਅਤੇ ਮੈਂ ਰਿਐਕਸ਼ਨ ਵਾਲੀ ਨੂੰ ਵੀ ਇਹੀ ਕਹਾਂਗੀ ਕਿ ਬਸ ਕਰ ਦੇ, ਬਸ ਕਰ ਦੇ। ਤੂੰ ਅਗਰ ਤਾਂ ਪਲਵਸ਼ਾ ਦੇ ਮੂੰਹ 'ਚ ਗੱਲਾਂ ਸੁਣੀਆਂ ਨੇ, ਉਹਦੀ ਭੈਣਾਂ ਦੇ ਮੂੰਹ 'ਚ ਗੱਲਾਂ ਸੁਣੀਆਂ ਨੇ, ਤਾਂ ਫਿਰ ਤੈਨੂੰ ਪੂਰਾ ਹੱਕ ਹਾਸਲ ਹੈ ਕਿ ਤੂੰ ਜੋ ਮਰਜ਼ੀ ਕਰ। ਜਦੋਂ ਤੂੰ ਲੋਕਾਂ ਕੋਲੋਂ ਸੁਣ ਕੇ ਆਗ ਬਗੁਲਾ ਹੋ ਕੇ ਅਤੇ ਤੂੰ ਜਵਾਬ ਦੇਣੀ ਹੈ, ਇਹ ਗੱਲ ਗੈਰ ਮੁਨਾਸਬ ਹੈ। ਮੈਂ ਇੱਥੇ ਜ਼ਿਕਰ ਕਰਾਂਗੀ ਮਲਕਾਨੀ ਦਾ, ਉਹ ਵੀ ਤਾਂ
ਤੇਰੇ ਹੀ ਗਰੁੱਪ ਦਾ ਹਿੱਸਾ ਹੈ ਨਾ, ਮਗਰ ਰਾਤੀ ਉਹਨੇ ਇੱਕ ਬੜਾ ਅੱਛਾ ਮੈਸੇਜ ਉਹਨਾਂ ਨੇ ਕਨਵੇ ਕੀਤਾ। ਉਹਨਾਂ ਨੇ ਇਹੋ ਹੀ ਕਿਹਾ ਕਿ ਇਸ ਚੀਜ਼ ਨੂੰ ਜਿਹੜਾ ਵੇ ਖਤਮ ਕੀਤਾ ਜਾਏ, ਇਹ ਅੱਛੀ ਚੀਜ਼ ਨਹੀਂ ਹੈ, ਔਰ ਪਲਵਸ਼ਾ ਨੂੰ ਚਾਹੀਦਾ ਵੇ ਕਿ ਉਹ ਖੁਦ ਆ ਕੇ ਆਪਣੀ ਆਡੀਅੰਸ ਨੂੰ ਕਵੇ ਕਿ ਤੁਸੀਂ ਜਿਹੜਾ ਬਿਨਾ ਹੁਣ ਕੋਈ ਵੀ ਐਸੇ ਕੰਟੈਂਟ 'ਤੇ ਵੀਡੀਓ ਨਾ ਬਣਾਓ। ਮਗਰ ਪਲਵਸ਼ਾ ਤਾਂ ਪਹਿਲਾਂ ਵੀ ਕਹਿ ਚੁੱਕੀ ਹੈ, ਪਲਵਸ਼ਾ ਨੇ ਇਸੇ ਵਾਸਤੇ ਤਾਂ ਕਿਹਾ ਕਿ ਇਸ ਲੜਾਈ ਨੂੰ ਖਤਮ ਕੀਤਾ ਜਾਏ, ਉਹਨੇ ਕਿਹਾ ਕਿ ਤੁਸੀਂ ਪਲੀਜ਼ ਅੱਛੇ ਅੱਛੇ ਕੰਟੈਂਟ ਬਣਾਓ, ਹਰ ਇਨਸਾਨ ਨੂੰ ਹੱਕ ਹਾਸਲ ਹੈ। ਅਗਰ ਰਿਐਕਸ਼ਨ ਚੈਨਲ ਬਣਦੇ ਨੇ ਤਾਂ ਦੂਸਰੇ ਚੈਨਲ ਵੀ ਬਣਦੇ ਨੇ, ਹਰ ਇਨਸਾਨ ਦਾ ਰਾਈਟ ਹੈ ਕਿ ਉਹ ਆਪਣੀ ਜਿਹੜਾ ਵੇ ਨਾ ਉਹ ਰਾਏ ਦਾ ਇਜ਼ਹਾਰ ਕਰ ਸਕੇ। ਮਗਰ ਜਦੋਂ ਉਹਨਾਂ ਨੂੰ ਅੱਗੋਂ ਸੁਣਾਈਆਂ ਜਾਂਦੀਆਂ ਨੇ ਤਾਂ ਫਿਰ ਉਹ ਵੀ ਬੋਲਦੀਆਂ ਨੇ। ਤੁਸੀਂ ਬਾਰ ਬਾਰ ਆ ਕੇ ਇਲਜ਼ਾਮ ਲਗਾਉਂਦੇ ਹੋ ਕਿ ਪਲਵਸ਼ਾ ਕੀ ਸਿਸਟਰਜ਼ ਉਹਦੀਆਂ ਭੈਣਾਂ ਨੂੰ ਕਿੰਨਾ ਕੁ ਮਤਲਬ ਬਦਨਾਮ ਕੀਤਾ ਗਿਆ, ਮੈਂ ਵੀ ਉਹਦੀ ਭੈਣ ਵਾਂ, ਮੇਰੇ ਨਾਲ ਵੀ ਤੁਸੀਂ ਕਸਰ ਨਹੀਂ ਛੱਡੀ ਪਿੱਛੇ ਕਿਸੇ ਕਿਸਮ ਦੀ ਕੋਈ ਵੀ। ਮੈਂ ਕਿੰਨੇ ਦਿਨਾਂ ਤੋਂ ਮੈਂ ਇੰਨੀ ਅਪਸੈਟ ਹਾਂ ਕਿ ਮੇਰਾ ਮੈਂ ਹਲਫਨ ਕਹਿ ਸਕਦੀ ਹਾਂ ਕਿ ਮੇਰਾ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ। ਔਰ ਮੇਰੀ ਉਹ ਆਡੀਅੰਸ ਕਿੱਥੇ ਗਈ ਜਿਹੜੀ ਆ ਕੇ ਮੈਨੂੰ 10-10, 15-15 ਹਜ਼ਾਰ ਵਿਊਜ਼ ਦਿੰਦੀ ਸੀ? ਇਹਦਾ ਮਤਲਬ ਇੱਕ ਚਸਕੇ ਵਾਲੀ ਵੀਡੀਓ ਬਣਾਓ ਅਤੇ ਫਿਰ ਸਾਰੇ ਸੁਣਨਗੇ, ਵਰਨਾ ਨੋਰਮਲ ਵੀਡੀਓ ਨੂੰ ਕੋਈ ਵੀ ਨਹੀਂ ਦੇਖੇਗਾ। ਅਤੇ ਕੋਈ ਗੱਲ ਨਹੀਂ ਹੈ, ਮੈਂ ਨਹੀਂ ਘਬਰਾਉਂਦੀ, ਮੇਰਾ ਰਿਸਕ ਮੇਰੇ ਰੱਬ ਦੇ ਇਖਤਿਆਰ 'ਚ, ਜੋ ਉਹਨੇ ਮੇਰੀ ਕਿਸਮਤ 'ਚ ਲਿਖਿਆ ਨਾ ਉਹ ਮੈਨੂੰ ਮਿਲਣਾ ਹੀ ਮਿਲਣਾ। ਲਿਹਾਜ਼ਾ ਇਹ ਜਿਹੜੀ ਇੱਕ ਜੰਗ ਸ਼ੁਰੂ ਕੀਤੀ ਹੋਈ ਹੈ, ਇਸ ਜੰਗ ਨੂੰ ਹੁਣ ਇਖਤਤਾਮ ਕਰ ਦਿਓ ਰਿਐਕਸ਼ਨ ਵਾਲੇ।